ਆਪਣੀ ਸਟੇਜ ਲਾਓਗੇ ਜਾਂ ਸੰਗਤ ਦੇ ਨਾਲ ਹੀ ਜਾਓਗੇ? ਅਸੀਂ ਤਾਂ ਮੱਥਾ ਟੇਕਣ ਜਾਵਾਂਗੇ ਅਤੇ ਅਸੀਂ ਜਿਹੜੇ ਆਪਣੀਆਂ ਚੌਧਰਾਂ ਦੇ ਭੁੱਖੇ ਲੋਕ ਆ ਇਹਨਾਂ ਦੀਆਂ ਸਟੇਜਾਂ 'ਤੇ ਅਸੀਂ ਨਹੀਂ ਜਾਣਾ, ਇਹਨਾਂ ਦੇ ਭਾਸ਼ਣ ਸੁਣਨ ਨਹੀਂ ਜਾਣਾ, ਅਸੀਂ ਜਾਣਾ। ਅਸੀਂ ਤਾਂ ਅਕਾਲ ਤਖਤ ਦਾ ਹੁਕਮ ਆ ਜਿਹੜਾ ਉਹਨੂੰ ਮੰਨਦੇ ਹਾਂ, ਔਰ ਅਸੀਂ ਇਹ ਬੇਨਤੀ ਵੀ ਕਰਦੇ ਹਾਂ ਸਾਰਿਆਂ ਨੂੰ ਕਿ ਤੁਸੀਂ ਅਕਾਲ ਤਖਤ ਸਾਹਿਬ ਦਾ ਜੋ ਫਰਮਾਨ ਆ ਉਹਦੇ 'ਤੇ ਫੁੱਲ ਚੜਾਓ, ਫੁੱਟ ਨਾ ਪਾਓ। ਫੁੱਟ ਤਾਂ ਪਹਿਲਾਂ ਹੀ ਬੜੀ ਆ, ਲੋਕ ਬੜੇ ਦੁਖੀ ਨੇ, ਅਤੇ ਤੁਸੀਂ ਇਹਨਾਂ ਦੀ ਗੱਲ ਕਰੋ, ਤੁਸੀਂ ਇਹਨਾਂ ਵੱਲ ਵੇਖੋ, ਇਹ ਆਪਣੇ ਆਪ ਵੱਲ ਵੇਖਦੇ ਨੇ, ਆਪਣੇ ਚੌਧਰਾਂ ਵੱਲ ਵੇਖਦੇ ਨੇ। ਅਸੀਂ ਸਟੇਜਾਂ 'ਤੇ ਨਹੀਂ ਬੈਠਾਂਗੇ, ਅਸੀਂ ਸਾਰੇ ਅਕਾਲੀ ਦਲ ਟਕਸਾਲੀ ਸੰਗਤ ਦੇ ਰੂਪ ਜਾ ਕੇ ਨਮਸਕਾਰ ਕਰਕੇ ਸੰਗਤ ਵਿੱਚ ਬਹਿ ਕੇ ਹੀ ਇੱਕ ਚਿੱਠੀ ਜਿਹੜੀ ਮੁੱਖ ਮੰਤਰੀ ਹੋਰਾਂ ਨੇ ਆਪਣੇ ਵਜ਼ੀਰਾਂ ਦੇ ਰਾਹੀਂ ਭੇਜੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਉਹਨਾਂ ਨੂੰ ਇਹ ਕਿਹਾ ਸੀ ਕਿ ਸਾਰਾ ਪ੍ਰਬੰਧ ਜਿਹੜਾ ਹੈ ਤੁਸੀਂ ਆਪਣੇ ਹੱਥ 'ਚ ਲਓ ਅਤੇ ਤੁਸੀਂ ਜੋ ਫੈਸਲਾ ਦਿਓਗੇ ਉਹਨੂੰ ਅਸੀਂ ਪ੍ਰਵਾਨ ਕਰਾਂਗੇ। ਮੈਂ ਸਮਝਦਾ ਕਿ ਜਥੇਦਾਰ ਜੀ ਨੂੰ ਇੱਕ ਕਦਮ ਹੋਰ ਅੱਗੇ ਨਿਕਲ ਕੇ ਉਹਨਾਂ ਨੂੰ ਸਾਰਾ ਪ੍ਰਬੰਧ ਆਪਣੇ ਹੱਥ 'ਚ ਲੈ ਲੈਣਾ ਚਾਹੀਦਾ ਔਰ ਨਾਲ ਆਦੇਸ਼ ਜਾਰੀ ਕਰਨਾ ਚਾਹੀਦਾ ਵੀ ਆਹ ਇੱਕ ਜਿਹੜਾ ਹੈ ਇੱਕੋ ਹੀ ਜਗ੍ਹਾ ਇਹ ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਮਨਾਇਆ ਜਾਏਗਾ। ਜਿਹੜਾ ਸਰਕਾਰ ਦਾ ਕੰਮ ਸਰਕਾਰ ਕਰੇ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹ ਇੱਕੋ ਹੀ ਜਗ੍ਹਾ ਸਮਾਗਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਦੇ ਮੁਤਾਬਕ ਔਰ ਮਰਿਆਦਾ ਮੁਤਾਬਕ ਹੋਣਾ ਚਾਹੀਦਾ। ਇਹੋ ਗੱਲ ਤਾਂ ਸਰਕਾਰ ਕਹਿ ਰਹੀ ਆ, ਸਰਕਾਰ ਤਾਂ ਕਹਿ ਰਹੀ ਕਿ ਸਾਡੇ ਕੋਲ ਟੈਂਟ ਤਿਆਰ, ਸਾਰਾ ਤਿਆਰ ਆ, ਜਥੇਦਾਰ ਸਾਹਿਬ ਅੱਗੇ ਲੱਗਣ ਅਤੇ ਕਰਵਾਉਣ, ਅਸੀਂ ਪਿੱਛੇ। ਜਥੇਦਾਰ ਸਾਹਿਬ ਨੇ ਐਲਾਨ ਕਰਤਾ ਦੇਖੋ ਇੱਕ ਧਾਰਮਿਕ ਸਮਾਗਮ ਹੋਣਾ ਜੋ ਉਹਨਾਂ ਨੇ ਕਹਿਤਾ। ਇਸ ਮਾਮਲੇ 'ਚ ਮੈਂ ਸਮਝਦਾ ਵੀ ਸ਼੍ਰੋਮਣੀ ਅਕਾਲ ਤਖਤ ਸ਼੍ਰੋਮਣੀ ਆਪਣਾ ਜਿਹੜਾ ਜਥੇਦਾਰ ਦਾ ਆਦੇਸ਼ ਹੈ ਉਹ ਸ਼੍ਰੋਮਣੀ ਅਕਾਲ ਤਖਤ ਸਾਹਿਬ, ਠੀਕ ਹੈ ਨਾ, ਕਿਉਂਕਿ ਧਾਰਮਿਕ ਮਾਮਲਾ ਅਤੇ ਇਹਨੂੰ ਸਰਕਾਰ ਨੂੰ ਵੀ ਮੰਨ ਲੈਣਾ ਚਾਹੀਦਾ ਤਾਂ ਕਿ ਜ਼ਿਆਦਾ ਵਿਰੋਧ ਨਾ ਵਧੇ। ਠੀਕ ਹੈ, ਅੱਜ ਪੰਜਾਬ ਸਰਕਾਰ ਦੇ ਸ਼੍ਰੋਮਣੀ ਕਮੇਟੀ ਇਸ ਨੂੰ ਮਨਾ ਰਹੇ, ਇੱਕ ਸਟੇਜ ਲੱਗੇ, ਬੜੀਆਂ ਮੀਟਿੰਗਾਂ ਹੁੰਦੀਆਂ ਰਹੀਆਂ, ਪਰ ਅਲਟੀਮੇਟਲੀ ਉਹਦੇ ਵਿੱਚ ਵੀ ਸਿਆਸਤ ਹੋਣੀ ਸ਼ੁਰੂ ਹੋ ਗਈ। ਅਕਾਲੀ ਦਲ ਵੱਲੋਂ ਵੀ ਸਿਆਸਤ ਹੋਈ ਆ, ਸਰਕਾਰ ਨੇ ਵੀ ਦੋਸ਼ ਲਾਏ, ਸਰਕਾਰ ਵੱਲੋਂ ਵੀ ਸਿਆਸਤ ਹੋਈ, ਇੱਕ ਸਟੇਜ ਨਹੀਂ ਇਕੱਠੀ ਕਰ ਪਾਏ 550ਵੀਂ ਜਨਮ ਸ਼ਤਾਬਦੀ ਸੀ। ਦੇਖੋ ਜੀ, ਅਸੀਂ ਤਾਂ ਜੋ ਜਥੇਦਾਰ ਸਾਹਿਬ ਨੇ ਫਰਮਾਨ ਜਾਰੀ ਕੀਤਾ ਅਸੀਂ ਤਾਂ ਉਹਦੇ 'ਤੇ ਫੁੱਲ ਚੜਾਉਣੇ, ਇਹ ਜ਼ਰੂਰੀ ਗੱਲ ਲਿਖਣ ਵਾਲੀ, ਅਸੀਂ ਉੱਥੇ ਫੁੱਲ ਚੜਾਉਂਦੇ ਹਾਂ। ਅਸੀਂ ਕੋਈ ਕਾਲ ਤਖਤ ਉਹ ਫਰਮਾਨ ਆਵੇ ਅਸੀਂ ਉਹ ਤੋਂ ਪਹਿਲਾਂ ਵੀ ਫੁੱਲ ਚੜਾਉਂਦੇ ਰਹੇ ਹਾਂ ਅਤੇ ਹੁਣ ਵੀ ਫੁੱਲ ਚੜਾਵਾਂਗੇ। ਜਿਹੜੇ ਲੋਕ ਆਪਣੀ ਹੋਮੇ ਦੇ ਵਿੱਚ ਇਹ ਸਮਝਦੇ ਨੇ ਮੈਂ ਵੱਡਾ ਬਣ ਜਾ, ਮੈਂ ਵੱਡਾ ਬਣ ਜਾ, ਵੱਡਾ ਤਾਂ ਉਹਨੇ ਬਣਨਾ ਜਿਹਦੇ 'ਤੇ ਗੁਰੂ ਨੇ ਬਣਾਇਆ, ਇਹ ਜਿੰਨਾ ਮਰਜ਼ੀ ਜ਼ੋਰ ਲਾਉਣੇ ਕਿਸੇ ਨੇ ਵੱਡਿਆਂ ਨਹੀਂ ਬਣਨਾ। ਦੋਵੇਂ ਕਾਂਗਰਸ ਵੀ ਅਤੇ ਅਕਾਲੀ ਵੀ ਹੋਮੇ 'ਚ ਆ। ਸਿਰਫ ਸਿਆਸਤ ਹੋ ਰਹੀ ਹੈ ਸਟੇਜਾਂ ਵੱਖੋ ਵੱਖ ਬਣਾਉਣ ਦੀ ਗੱਲ ਕਰਕੇ, ਇਹਨਾਂ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਹਲੇ ਵੀ ਜਿਹੜਾ ਸਿਆਸਤ ਤੋਂ ਉੱਪਰ ਉੱਠ ਕੇ ਕੰਮ ਕਰਨਾ? ਦੇਖੋ ਜੀ, ਮੈਨੂੰ ਐਂ ਲੱਗਦਾ ਅਲਟੀਮੇਟਲੀ ਇਹਦੇ 15-14 ਦਿਨ ਹੈਗੇ ਨੇ ਕਿ ਹੋਣਾ ਉਹੀ ਆ ਜੋ ਅਕਾਲ ਤਖਤ ਸਾਹਿਬ ਨੇ ਕਿਹਾ, ਵੇਲੇ ਦੇ ਵੇਲੇ ਸਭ ਕੁਝ ਉਹੀ ਹੋਣਾ। ਬਾਕੀ ਜੇ ਕੋਈ ਆਪਣੀ ਦਫਰੀ ਵਜਾਊਗਾ ਅਤੇ ਵਜਾਉਂਦਾ ਰਹੇ, ਲੋਕਾਂ ਨੇ ਉਹਨੂੰ ਕੋਈ ਤਰਜੀਹ ਨਹੀਂ ਦੇਣੀ। ਪਰ ਕੱਲ੍ਹ ਮੁੱਖ ਮੰਤਰੀ ਨੇ ਇੱਕ ਸੁਝਾਅ ਦਿੱਤਾ ਸੀ ਕਿ ਜਿਹੜਾ 11 ਨਵੰਬਰ ਵਾਲਾ ਪ੍ਰੋਗਰਾਮ ਹੈ ਉਹ ਸ਼੍ਰੋਮਣੀ ਕਮੇਟੀ ਆਪਣੀ ਸਟੇਜ 'ਤੇ ਬੁਲਾ ਲਏ ਅਤੇ 12 ਨਵੰਬਰ ਵਾਲਾ ਜਿਹੜਾ ਪ੍ਰੋਗਰਾਮ ਆ ਉਹ ਸਰਕਾਰ ਦੀ ਸਟੇਜ 'ਤੇ ਆ, ਪ੍ਰਧਾਨ ਮੰਤਰੀ ਦੇ, ਰਾਸ਼ਟਰਪਤੀ ਨੂੰ SGPC ਦੇ ਉਹਦੇ ਵੀ ਮਨਾ ਕਰਦਾ ਵੀ ਜਮਾਨੇ। ਵੇਖੋ ਜੀ, ਮੈਂ ਜੋ ਪੜ੍ਹਿਆ ਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਥੋੜ੍ਹੀ ਜਿਹੀ ਰਾਏ ਦਿੱਤੀ ਆ ਵੀ ਜੇ ਕੋਈ ਆਪਣਾ ਵੀ ਪ੍ਰੋਗਰਾਮ ਕੋਈ ਧਾਰਮਿਕ ਤੌਰ 'ਤੇ ਸਿਆਸੀ ਨਹੀਂ, ਵੀ ਜੇ ਸਿਆਸੀ ਤੌਰ 'ਤੇ ਨਾ ਮਨਾਵੇ ਅਤੇ ਧਾਰਮਿਕ ਤੌਰ 'ਤੇ ਮਨਾਵੇ ਤਾਂ ਉਹ ਆਪਣੀ ਵੀ ਸਟੇਜ ਲਾ ਕੇ ਆਪਣਾ ਵੀ ਪ੍ਰੋਗਰਾਮ ਜਿਹੜਾ ਗੁਰੂ ਦਾ
ਕੋਈ ਆਦੇਸ਼ ਆ ਜਾਂ ਗੁਰੂ ਦੇ ਜੋ ਦੱਸੇ ਕਾਰਨਾਮੇ ਨੇ ਉਹਨਾਂ ਨੂੰ ਦੱਸੇ, ਗੁਰੂ ਦੀ ਗੱਲ ਕਰੇ, ਪਾਤਸ਼ਾਹ ਦੀ ਗੱਲ ਕਰੇ, ਗੁਰੂ ਨਾਨਕ ਦੀ ਗੱਲ ਕਰੇ, ਅਤੇ ਉਹ ਬੰਦਾ ਸਟੇਜ ਲਾ ਕੇ ਗੱਲ ਕਰ ਸਕਦਾ। ਇਹ ਮੈਂ ਪੜ੍ਹਿਆ, ਮੈਂ ਹਰ ਸਾਲ ਦੇ ਵਿੱਚ ਸਾਨੂੰ ਗੱਲ ਕਰੀ। ਤੁਹਾਨੂੰ ਲੱਗਦਾ ਕਿ ਜਿਹੜਾ ਜਥੇਦਾਰ ਸ੍ਰੀ ਅਕਾਲ ਸੇਵਾਵਾਂ ਜਿਹੜੀਆਂ ਲੱਗੀਆਂ ਜਾ ਰਹੀਆਂ ਨੇ, ਆਜ਼ਾਦ ਤੌਰ ਦੇ ਉੱਤੇ ਆਪਣੇ ਫੈਸਲੇ ਦੇ ਰਹੇ ਨੇ ਕਿ ਹਜੇ ਵੀ ਅਕਾਲੀ ਦਲ ਉੱਤੇ ਪ੍ਰਭਾਵ ਜਿਹੜਾ ਛੱਡ ਗਿਆ? ਦੇਖੋ ਜੀ, ਮੈਂ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਮਿਲਿਆ ਸਾਂ ਕੁਛ ਸਮਾਂ ਪਹਿਲਾਂ, ਅਤੇ ਮੈਂ ਉਹਨਾਂ ਦੇ ਨਾਲ ਇੱਕ ਘੰਟਾ ਬਚਨ ਬਿਲਾਸ ਕੀਤਾ ਸੀ। ਮੈਂ ਪਹਿਲਾਂ ਉਹਨਾਂ ਦੇ ਨਾਲ ਕਦੀ ਗੱਲਬਾਤ ਵੀ ਨਹੀਂ ਕੀਤੀ, ਅਤੇ ਮੈਂ ਉਹਨਾਂ ਨੂੰ ਪਿਛਲੇ ਜਥੇਦਾਰਾਂ ਦੀਆਂ ਸਾਰੀਆਂ ਗੱਲਾਂ ਬਾਤਾਂ ਦੱਸੀਆਂ ਸੀ, ਅਤੇ ਉਹਨਾਂ ਨੇ ਜੋ ਮੈਨੂੰ ਇੰਪਰੈਸ਼ਨ ਦਿੱਤਾ ਵਾ ਜਾਂ ਜਿਸ ਤਰ੍ਹਾਂ ਮੇਰੇ ਨਾਲ ਉਹਨਾਂ ਨੇ ਗੱਲਾਂ ਕੀਤੀਆਂ, ਉਹ ਬਹੁਤ ਵਧੀਆ ਕੀਤੀਆਂ। ਉਹਨਾਂ ਨੇ ਕਿਹਾ ਕਿ ਜਿਹੜਾ ਪਿਛਲਾ ਇਤਿਹਾਸ ਆ ਅਤੇ ਮਾੜਾ ਇਤਿਹਾਸ ਆ ਅਤੇ ਜੋ ਕਾਲ ਤੱਕ ਦੇ ਜਥੇਦਾਰਾਂ ਨੇ ਕੀਤਾ ਵਾ, ਮੈਂ ਆਪ ਉਹ ਕਰਨਾ ਸਹਿਮਤ ਨਹੀਂ। ਇਸ ਕਰਕੇ ਉਸ ਤਰ੍ਹਾਂ ਦੀ ਗੱਲ ਕੋਈ ਨਹੀਂ ਵਾਪਰਦੀ ਜਿਹੜੀ ਲੋਕ ਹੀ ਨਾ ਪਸੰਦ ਕਰਦੇ। ਮੈਨੂੰ ਆਸ ਆ ਕਿ ਸ਼ਾਇਦ ਇਹ ਕੋਈ ਜਥੇਦਾਰ ਸਾਹਿਬ ਹਨ ਕੋਈ ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀ ਉਹਦੇ 'ਚ ਸਾਰੀਆਂ ਜਥੇਬੰਦੀਆਂ ਨੂੰ ਸੱਦਿਆ ਗਿਆ ਸੀ, ਤੁਹਾਨੂੰ ਨਹੀਂ ਸੀ ਲੱਗਦਾ ਕਿ ਦੋ ਜਿਹੜੇ ਪੰਜਾਬ ਸਰਕਾਰ ਦੇ ਨੁਮਾਇੰਦੇ ਸੀ ਤਾਲਮੇਲ ਕਮੇਟੀ ਦੇ, ਉਹਨਾਂ ਨੂੰ ਵੀ ਵਿੱਚ ਸੱਦਣਾ ਚਾਹੀਦਾ ਸੀ, ਉਹਨਾਂ ਦੀ ਵੀ ਰਾਏ ਪੱਧਰ ਦੇ ਸਾਹਮਣੇ ਰੱਖਣੀ ਚਾਹੀਦੀ ਸੀ? ਕੀ ਹੋਣੀ ਚਾਹੀਦੀ ਹੈ ਉਹਨੇ ਇੱਕ ਸਟੇਜ ਦਾ ਫੈਸਲਾ ਜੀ? ਹੁਣ ਜੇ ਕਿਸੇ ਨੂੰ ਸੱਦਿਆ ਹੋਵੇ ਤਾਂ ਉਹ ਆਵੇ ਨਾ, ਅਤੇ ਵਧੋ ਵਧੀ ਤਿੰਨੀ ਨਾਲ ਕੋਈ ਸੱਦ ਸਕਦਾ? ਉਹਨਾਂ ਨੂੰ ਮੈਸੇਜ ਭੇਜਿਆ ਹੋਊਗਾ ਜ਼ਰੂਰ, ਉਹਨਾਂ ਨੇ ਸੱਦਿਆ ਹੋਊਗਾ, ਪਰ ਉਸ ਆਉਣਾ ਅਤੇ ਨਾ ਆਉਣਾ ਤਾਂ ਫਿਰ ਆਪਦੇ ਬਸ ਦੀ ਗੱਲ ਹੈ। ਦੇਖੋ ਇੱਕ ਗੱਲ ਮੈਂ ਕਰਨੀ, ਉਸ ਬਿਆਨ ਦੀ ਸ਼ਲਾਘਾ ਕਰਦੇ ਹਾਂ ਔਰ ਉਹਨਾਂ ਨੂੰ ਯਕੀਨ ਦਿਵਾਉਂਦੇ ਹਾਂ ਆਪਣੀ ਜਥੇਬੰਦੀ ਵੱਲੋਂ ਵੀ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ, ਅਸੀਂ ਉਹਨਾਂ ਲੋਕਾਂ ਨਾਲ ਜਿਹੜੇ ਸਰਕਾਰੀ ਪੱਖ ਦੇ ਲੋਕ ਨੇ ਉਹਨਾਂ ਨਾਲ ਨਹੀਂ ਖੜ੍ਹੇ, ਅਸੀਂ ਅਕਾਲ ਤਖ਼ਤ ਸਾਹਿਬ ਦੇ ਨਾਲ ਖੜ੍ਹੇ ਹਾਂ, ਜਥੇਦਾਰ ਜੀ ਦੇ ਨਾਲ ਖੜ੍ਹੇ ਹਾਂ, ਕਿਉਂਕਿ ਜਦੋਂ ਵੀ ਸਾਡੀ ਜਥੇਬੰਦੀ ਬਣੀ ਆ ਤਾਂ ਅਸੀਂ ਇਹ ਤਿੰਨ ਗੱਲਾਂ ਕਰਕੇ ਹੀ ਜਿਹੜਾ ਬਾਦਲ ਦਲ ਜਿਹਨੂੰ ਕਹਿੰਦੇ ਨੇ ਉਹਦੇ ਤੋਂ ਅੱਡ ਹੋਏ ਸਾਂ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਾਜ ਸੀ ਕਰਨਾ ਹੋਇਆ, ਜੋ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਢਾਹ ਲੱਗੀ ਆ, ਜਿਵੇਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਇੱਕ ਪਰਿਵਾਰ ਦਾ ਬਣ ਕੇ ਰਹਿ ਗਿਆ, ਇਹ ਤਿੰਨ ਗੱਲਾਂ ਸੀ ਜਿਹਦੀ ਵਜ੍ਹਾ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਣੇ ਟਕਸਾਲੀ ਹੋਂਦ ਵਿੱਚ ਆਇਆ, ਅਤੇ ਜਿਵੇਂ ਪੰਥਕ ਸਰਕਾਰ ਅਖਵਾਉਣ ਵਾਲੀ ਦੇ ਹੁੰਦਿਆਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਅਤੇ ਉਹਦੇ 'ਤੇ ਕਾਰਵਾਈ ਕੋਈ ਨਹੀਂ ਹੋਈ ਅਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਕੋਈ ਨਹੀਂ ਮਿਲੀਆਂ, ਇਹਨਾਂ ਵਜ੍ਹਾ ਕਰਕੇ ਅਸੀਂ ਅਕਾਲੀ ਦਲ ਬਣਾਇਆ ਸੀਗਾ। ਅਸੀਂ ਪ੍ਰਸ਼ੰਸਾ ਕਰਦੇ ਹਾਂ ਜਥੇਦਾਰ ਜੀ ਦੇ ਉਸ ਬਿਆਨ ਦੀ, ਅਤੇ ਅਸੀਂ ਅਕਾਲੀ ਦਲ ਟਕਸਾਲੀ ਵੱਲੋਂ ਉਹਨਾਂ ਨੂੰ ਅੱਜ ਇਹ ਗੱਲ ਕਹਿੰਦੇ ਹਾਂ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ, ਅਸੀਂ ਅਕਾਲ ਤਖ਼ਤ ਸਾਹਿਬ ਨਾਲ ਖੜ੍ਹੇ ਹਾਂ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨਾਲ ਖੜ੍ਹੇ ਹਾਂ, ਨਾ ਕਿ ਉਹਨਾਂ ਲੋਕਾਂ ਨਾਲ ਖੜ੍ਹੇ ਹਾਂ। ਅਸੀਂ ਅਕਾਲੀ ਹਾਂ ਅਤੇ 1920 ਦਾ ਜਿਹੜਾ ਵਿਧਾਨ ਆ ਉਹਨੂੰ ਮੰਨਦੇ ਹਾਂ। ਇਹ ਬਾਗੀ ਬੂਗੀ ਜਿਹੜੇ ਹੁੰਦੇ ਨਾ, ਇਹ ਅਸੀਂ ਬਾਗੀ ਬੂਗੀ ਕੋਈ ਨਹੀਂ, ਅਸੀਂ ਤਾਂ ਅਸੂਲਾਂ ਦੇ ਉੱਤੇ ਉਹਨਾਂ ਨਾਲ ਅੱਡ ਹੋਏ ਹਾਂ, ਉਹਨਾਂ ਦੇ ਧੱਕਿਆਂ ਬੇਇਨਸਾਫੀਆਂ ਜੋ ਉਹਨਾਂ ਨੇ ਗਲਤ ਕੰਮ ਕੀਤੇ ਆ, ਕੋਈ ਬੋਲਦਾ ਨਹੀਂ, ਕੋਈ ਕੂੰਦਾ ਨਹੀਂ। ਅਤੇ ਆਹ ਸਿੰਘ ਜਿਹੜੇ ਆ ਗੁਰੂ ਮਹਾਰਾਜ ਨੇ ਇਹ ਜਿੰਨੇ ਵੀ ਹੈਗੇ ਆ ਇਹ ਮੈਦਾਨ ਦੇ ਵਿੱਚ ਲਿਆਉਂਦੇ ਨੇ, ਮਹਾਰਾਜ ਕਰੇ ਇਹ ਕਾਫਲੇ ਬਣ ਜਾਂਦੇ ਅਤੇ ਸੱਚ ਦੀ ਜਿੱਤ ਹੁੰਦੀ ਆ, ਝੂਠ ਦੀ ਹਾਰ ਉਹ ਵੀ ਤੁਹਾਡੇ ਸਾਹਮਣੇ ਵੇਖੋ ਵਿਹੜਾ ਗਰਕ ਕਿਸ ਤਰ੍ਹਾਂ ਹੁੰਦਾ ਇਹਨਾਂ ਝੂਠਿਆਂ। ਖਾਲਸਾ ਪੰਥ ਦੀ ਦਿੱਖ ਜਿਹੜੀ ਬਾਦਲ ਦਲ ਨੇ ਗਵਾਈ ਆ, ਇਸ ਵੇਲੇ ਉਸ ਦਲ ਦੀ ਕੋਈ ਪੰਥਕ ਦਿੱਖ ਨਹੀਂ। ਅਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਖਾਲਸਾ ਪੰਥ ਨੂੰ ਇਹ ਬੇਨਤੀ ਕਰਦੇ ਹਾਂ, ਸੰਗਤ ਵਾਸਤੇ ਐਲਾਨ ਕਰਦੇ ਹਾਂ
ਕਿ ਜਿਹੜੀ ਦਿੱਖ ਬਾਦਲ ਦਲ ਨੇ ਪੰਥਕ ਦਿੱਖ ਗਵਾਈ ਆ, ਇਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਉਹ ਦਿੱਖ ਜਿਹੜੀ ਆ ਉਹ ਮੁੜ ਕੇ ਆਪਣੇ ਪ੍ਰਧਾਨ ਕਰੇ। ਸੇਖੋ ਸਾਹਿਬ, ਮਿੰਨੀ ਪਾਰਲੀਮੈਂਟ ਦਾ ਜਿਹੜੇ ਮੌਜੂਦਾ ਮੈਂਬਰ ਨੇ ਉਹਨਾਂ ਵਿੱਚ ਗੱਲ ਰੱਖਣ ਦਾ ਕੋਈ ਲਾਭ ਨਹੀਂ। ਜਦੋਂ ਨਵੀਂ ਆਪਣੇ ਜਨਰਲ ਇਲੈਕਸ਼ਨ ਆਏਗੀ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪੂਰਾ ਯੋਗਦਾਨ ਪਾਏਗਾ। ਦੇਖੋ, ਸਾਡੇ ਚਾਰ ਪੰਜ ਬੰਦੇ ਜਿਹੜੇ ਆ ਸ਼੍ਰੋਮਣੀ ਕਮੇਟੀ ਸਾਡੇ ਨਾਲ ਪੈਦੇ ਨੇ, ਅਸੀਂ ਉਹਨਾਂ ਨੂੰ ਕਹਾਂਗੇ ਕਿ ਤੁਸੀਂ ਜਿਹੜੀਆਂ ਗੱਲ ਕੀਤੀ ਆ ਤੁਸੀਂ ਤਕੜੇ ਹੋ ਕੇ ਗੱਲ ਕਰੋ।